ਸਤਿਕਾਰ ਯੋਗ ਮਾਪਿਆਂ ਅਤੇ ਮੇਰੇ ਪਿਆਰੇ ਮਿੱਤਰਾਂ ਨੂੰ ਇੱਥੇ ਇਕੱਠੇ ਹੋਣ ਲਈ ਇੱਕ ਬਹੁਤ ਹੀ ਨਿੱਕੀ ਅਤੇ ਪ੍ਰਸ਼ੰਸਾ ਭਰੀ ਸਵੇਰ। ਅੱਜ ਅਸੀਂ ਇੱਥੇ ਭਾਰਤ ਦੇ ਸੁਤੰਤਰਤਾ ਦਿਵਸ ਤੇ ਇਸ ਸ਼ੁਭ ਮੌਕੇ ਨੂੰ ਮਨਾਉਣ ਲਈ ਇਕੱਠੇ ਹੋਏ ਹਾਂ। ਹਰ 15 ਸਾਲ ਅਗਸਤ ਨੂੰ ਅਸੀਂ ਭਾਰਤ ਦਾ ਸੁਤੰਤਰਤਾ ਦਿਵਸ ਮਨਾਉਂਦੇ ਹਾਂ। ਅਸੀਂ ਇਸ ਦਿਨ ਨੂੰ ਹਰ ਸਾਲ ਬਹੁਤ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਉਂਦੇ ਹਾਂ, ਕਿਉਂਕਿ ਸਾਡੇ ਦੇਸ਼ ਨੂੰ 1947 ਵਿੱਚ ਭ੍ਰਿਸ਼ਟ ਸ਼ਾਸਨ ਤੋਂ ਇਸ ਦਿਨ ਆਜ਼ਾਦੀ ਮਿਲੀ ਸੀ। ਇਹ ਸਾਰੇ ਭਾਰਤੀਆਂ ਲਈ ਮਹਾਨ ਅਤੇ ਮਹੱਤਵਪੂਰਨ ਦਿਨ ਹੈ। ਅਸੀਂ ਆਪਣੇ ਦੇਸ਼ ਵਿੱਚ ਸੁਤੰਤਰਤਾ ਦਿਵਸ ਵਿਸ਼ਾਲ ਪੱਥਰ ਤੇ ਮਨਾਉਂਦੇ ਹਾਂ। ਭਾਰਤ ਦੇ ਲੋਕਾਂ ਨੇ ਕਈ ਸਾਲਾਂ ਤੋਂ ਭ੍ਰਿਸ਼ਟਤਾ ਬਹਿਰਮ ਵਰਤੀਆ ਚੱਲਿਆ ਸੀ। ਅੱਜ ਸਾਡੇ ਕੋਲ ਲਗਭਗ ਸਾਰੇ ਖੇਤਰਾਂ ਜਿਵੇਂ ਸਿੱਖਿਆ, ਖੇਡਾਂ, ਆਵਾਜਾਈ, ਕਾਰੋਬਾਰ ਆਦਿ ਵਿੱਚ ਆਜ਼ਾਦੀ ਹੈ। ਸਿਰਫ ਸਾਡੇ ਪੁਰਖਿਆਂ ਦੇ ਸੰਘਰਸ਼ ਦੇ ਸਾਲਾਂ ਦੇ ਕਾਰਨ। ਧੰਨਵਾਦ।